चंगे राह पाउंदा ती, बच्चां दे नशे छडाउंदा ती, अमृत छकाउंदा ती, कोई गुनाह तां उहदा देखण। जिहड़े नशे ते लाए होए ती, असली खेप तां सरकारां दी है। गाहां तां विचारे गरीब जनता कना मूहरे लालच दे दे वेचण लाए होए। अज नाले जिहड़ा गोलीकांड बनाया इन्हां ने, ਉਹ ਆਪਣੇ ਹੀ ਗੁੰਡੇ ਵਾੜ ਕੇ ਉੱਥੇ ਇੱਟਾਂ ਮਰਵਾ ਲਈਆਂ, ਆਪਣੇ ਹੀ ਵਾੜ ਕੇ ਕੀ ਕਹਿੰਦੇ ਨੇ ਕਰਕੇ ਉਹਨੂੰ, ਜਾਣੀ ਉਹਦੇ 'ਤੇ ਇਲਜ਼ਾਮ ਪਾ ਕੇ, ਝੂਠਾ ਇਲਜ਼ਾਮ ਪਾ ਕੇ ਉੱਥੇ ਪਹੁੰਚਾਏ। ਸਾਡੇ ਨਾਲ ਪਹਿਲਾਂ ਤੋਂ ਹੀ ਵਿਤਕਰਾ ਹੋ ਰਿਹਾ, ਹੁਣ ਵੀ ਉਹੀ ਕੰਮ। ਆਪ ਦਾ ਬਣਾਇਆ ਸੀ ਭਗਵੰਤ ਮਾਨ, ਹੁਣ ਵੀ ਮੈਂ ਤਾਂ ਪੁੱਤ ਕਹਿ ਕੇ ਕਹਿੰਦੀ ਵੀ ਹਜੇ ਵੀ ਸਮੱਤ ਬਖਸ਼ੇ ਤੈਨੂੰ, ਤੈਨੂੰ ਜੇ ਅਕਲ ਹੈ ਤੂੰ ਮਾੜਾ ਮੋਟਾ ਨੌਜਵਾਨਾਂ ਕੰਨੀ ਦੇਖ, ਮਗਰ ਉਹਨਾਂ ਦੇ ਸੌ ਜੀ ਬੈਠਾ ਵਰਤ ਰੱਖੀ, ਉੱਧਰ ਉਹ ਬੈਠੇ ਨੇ ਵਰਤ ਰੱਖੀ। ਜੇ ਕਿਸੇ ਦਾ ਨੁਕਸਾਨ ਹੋ ਗਿਆ ਕੁੱਤਿਆਂ ਕਿੱਥੋਂ ਭਰੇਗਾ? ਸਿੱਖੀ ਦਾ ਜਿੰਨਾ ਘਾਣ ਇਹ ਸਰਕਾਰਾਂ ਨੇ ਕੀਤਾ, ਨਹੀਂ ਕਰਨਾ ਕਿਸੇ ਨੇ। ਡਾਕਟਰ ਨੇ ਵੀ ਜ਼ੋਰ ਲਾ ਲਿਆ, ਗੁਟਕੇ ਚੱਕ ਸਮਾਓ, ਗੁਟਕਿਆਂ ਦੀ ਸਹੁੰ ਖਾਧੀ ਹੋਈ, ਮਾਰ ਪਈ ਹੋਈ, ਕੀ ਕਹਿੰਦੇ ਨੇ ਫਿਰਦੇ ਨੇ ਲੋਕਾਂ ਦੇ ਖੱਲਾਂ 'ਚ ਵੜਦੇ, ਕਦੇ ਕਿਸੇ ਨਾਲ ਰਲ ਗਏ, ਕਦੇ ਕਿਸੇ ਨਾਲ ਰਲ ਗਏ। ਐਡੂ ਪਰੇ ਪਰੇ ਕਿੱਡੇ ਕਿੱਡੇ ਗੁਨਾਹਾਂ ਦਾ ਗੁਨਾਹਦਾਰ ਬਾਹਰ ਫਿਰਦੇ ਨੇ, ਸਭ ਨੂੰ ਰਹਿਤ ਕਰਤਾ, ਇਹਨਾਂ ਤੋਂ ਕਿੱਡਾ ਕੁ ਗੁਨਾਹ ਹੋ ਗਿਆ। ਮੈਂ ਹੱਥ ਬੰਨ ਕੇ ਬੇਨਤੀ ਕਰਦੀ ਹਾਂ ਭਗਵੰਤ ਮਾਨ ਦੇ ਮੂਹਰੇ ਵੀ, ਜੇ ਕਿਤੇ ਤੇਰੇ ਥਈ ਮੇਰੀ ਆਵਾਜ਼ ਪਹੁੰਚਦੀ ਹੈ ਪੁੱਤ ਮੇਰੇ, ਅੱਜ ਤੂੰ ਆਹ ਨੌਜਵਾਨੀ ਨੂੰ ਸਾਂਭ ਲੈ, ਫਿਰ ਤਾਂ ਸਾਡਾ ਤੈਨੂੰ ਸੀਐਮ ਬਣਾਏ ਦਾ ਕੋਈ ਫਾਇਦਾ, ਨਹੀਂ ਤਾਂ ਪੁੱਤ ਗਾਹਾਂ ਨੂੰ ਦੇਖ ਲਿਆ ਕੀ ਬਣਨਾ। ਆਹ ਵੀ ਸੁਣ ਲਾ, ਸਾਨੂੰ ਸਾਲ ਤੋਂ ਉੱਤੇ ਹੋ ਗਿਆ ਉਰੇ ਬੈਠਿਆਂ ਨੂੰ, ਇਹ ਵੀ ਕੋਈ ਸ਼ਰਮ ਖਾ ਲਾ, ਸਾਡੇ ਨਾਲ ਸਿੱਧਾ ਹੀ ਆ ਕੇ ਗੱਲ ਕਰ ਲਾ, ਕੀ ਮਨਾਉਣਾ ਸਭ ਤੋਂ, ਅਸੀਂ ਉਹ ਕਰ ਦਾਂਗੇ ਤੇਰਾ। ਉਹ ਤੇਰੀ ਇੰਨਾ ਵੀ ਜ਼ੋਰ ਨਹੀਂ ਪੁੱਗਦਾ, ਤੂੰ ਇੰਨਾ ਵੀ ਨਹੀਂ ਆਪਣੇ ਪੰਜਾਬ ਦੇ ਵਿੱਚ ਕਰ ਸਕਦਾ ਆਪਣੇ ਭਾਈਚਾਰੇ ਦਾ, ਹੋਰ ਤੂੰ ਕੀ ਕਰੇਗਾ ਸਹੁਰਿਆ? ਜ਼ਿੰਦਗੀ ਉਹਨਾਂ ਦੀ, ਉਹਨਾਂ ਨੇ ਤਾਂ ਰੋਲੀ ਆ, ਤੂੰ ਤਾਂ ਇੰਨੇ ਕੁ ਕੱਖ ਰੱਖਦੇ, ਸਾਡਾ ਬੈਠਿਆਂ ਦੀ ਉਹ ਸ਼ਰਮ ਖਾ ਲਾ, ਤੇਰੇ ਮੂਹਰੇ ਮਿਹਨਤਦਾਰੀ ਉਹ ਕਰਦੇ, ਸਾਡਾ ਇੰਨਾ ਜ਼ੋਰ ਨਹੀਂ ਚੱਲਦਾ, ਮਸਾ ਧਰ ਬਣਾਈ ਤੀ ਜ਼ੋਰ ਚੱਲਣ ਨੂੰ ਵੀ ਸਾਡੀ ਸੁਣੂ ਕੁਝ, ਸਾਡੇ ਮੂਹਰੇ ਸਾਡੇ ਥਾਵੇਂ ਅੜੂ, ਸਾਡਾ ਕੋਈ ਕੇਅਰ ਕਰੂਗਾ, ਸਾਡੇ ਨੌਜਵਾਨਾਂ ਨੂੰ ਬਚਾਊਗਾ। ਪਰ ਇਹਨੇ ਤਾਂ ਨੌਜਵਾਨੀ ਕਿੰਨੀ ਔਖਾ ਹੀ ਨਹੀਂ ਚੱਲੀਆਂ, ਸਹੁਰਿਆਂ ਗਾਹਾਂ ਬੰਸ ਕਿਵੇਂ ਚੱਲੂਗਾ? ਆਪਣੇ ਤਾਂ ਅੱਗੇ ਹੀ ਘਾਟਾ ਬਹੁਤ ਪਾਇਆ ਹੋਇਆ, ਬੇਅੰਤ ਬੁੱਚੜ ਦਾ ਹੀ ਬਥੇਰਾ ਪਾਇਆ ਹੋਇਆ, ਉਹੀ ਨਹੀਂ ਰਹਿਣਾ ਜ਼ਿੰਦਗੀ 'ਚ? ਤੂੰ ਤਾਂ ਸੋਚ ਲੈ ਵੀਰ, ਇੱਕ ਮੋਰਚਾ ਜਿੱਤ ਲਾ, ਫਿਰ ਆਪਾਂ ਦੂਏ ਨੂੰ ਜਿੱਤ ਲੈਣਗੇ। ਆਪਣੇ ਆਹ ਬੰਦੀ ਸਿੰਘ ਬਾਹਰ ਆ ਜਾਣ, ਉਹ ਅੰਮ੍ਰਿਤਪਾਲ ਆਪਣੇ ਪੰਜਾਬ 'ਚ ਆਵੇ, ਉਸ ਆਪਾਂ ਸਾਹ ਲੈਂਦੇ ਹੋ ਜਾਣਗੇ। TV84 ਦੇ ਨਾਲ ਜੁੜੇ ਮੈਂ ਰਜਿੰਦਰ ਸਿੰਘ ਸਵਰਾਜ, ਇਹ ਗੱਲ ਕੀਤੀ ਜਾਵੇ ਤਾਂ ਵਾਰਸ ਪੰਜਾਬ ਦੇ ਜਥੇਬੰਦੀ ਦੇ ਨਾਲ ਸੰਬੰਧਿਤ ਭਾਈ ਅੰਮ੍ਰਿਤਪਾਲ ਸਿੰਘ ਦੇ ਸਮੇਤ ਤਮਾਮ ਸਾਰੇ ਨੌਜਵਾਨ ਡਿਬਰੂਗੜ੍ਹ ਦੇ ਸਮੇਤ ਅੰਮ੍ਰਿਤਸਰ ਅਤੇ ਹੋਰ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਨੇ, ਤਾਂ ਇਸੇ ਨੂੰ ਲੈ ਕੇ NSA ਦੀ ਧਾਰਾ ਦੇ ਅਧੀਨ ਜਿਹੜੇ ਨੌਜਵਾਨ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਨੇ, ਤਾਂ ਉਹਨਾਂ ਦੇ ਵੱਲੋਂ ਵੱਡੇ ਸਵਾਲ ਉਠਾਏ ਗਏ ਸਨ, ਤਾਂ ਇਸੇ ਨੂੰ ਮੁੱਖ ਰੱਖਦਿਆਂ ਹੋਇਆਂ ਪੀੜਿਤ ਪਰਿਵਾਰਾਂ ਦੇ ਵੱਲੋਂ ਤਕਰੀਬਨ 15 ਦਿਨ ਤੋਂ ਇੱਕ ਵੱਡਾ ਸੰਘਰਸ਼ ਉਲੀਕਿਆ ਗਿਆ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ, ਔਰ ਉਹਨਾਂ ਪੀੜਿਤ ਪਰਿਵਾਰਾਂ ਦੇ ਵੱਲੋਂ ਭੁੱਖ ਹੜਤਾਲ ਕੀਤੀ ਗਈ ਹੈ ਅਤੇ ਸਰਕਾਰ ਦੇ ਸਾਹਮਣੇ ਆਪਣੀਆਂ ਤਮਾਮ ਸਾਰੀਆਂ ਮੰਗਾਂ ਰੱਖਦਿਆਂ ਹੋਇਆਂ ਇਸ ਗੱਲ ਦਾ ਜ਼ਿਕਰ ਵੀ ਕੀਤਾ ਜਾ ਰਿਹਾ ਹੈ ਕਿ ਜਿਹੜੇ ਨੌਜਵਾਨ NSA ਦੀ ਧਾਰਾ ਦੇ ਅਧੀਨ ਅਸਾਮ ਦੀਆਂ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਨੇ, ਉਹਨਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਸ਼ਿਫਟ ਕੀਤਾ ਜਾਣਾ ਚਾਹੀਦਾ ਹੈ। ਇਸੇ ਨੂੰ ਲੈ ਕੇ ਜੇ ਦੇਖਿਆ ਜਾਵੇ ਤਾਂ ਪੀੜਿਤ ਪਰਿਵਾਰਾਂ ਦੇ ਵਿੱਚੋਂ ਕੁਝ ਅਜਿਹੀਆਂ ਆ ਪਿਛਲੇ ਦਿਨਾਂ ਦੇ ਵਿੱਚ ਖਬਰਾਂ ਵੀ ਆ ਰਹੀਆਂ ਨੇ ਕਿ ਉਹਨਾਂ ਮਾਤਾਵਾਂ ਦੀ, ਉਹਨਾਂ ਪਰਿਵਾਰਾਂ ਦੀ ਹਾਲਤ ਬਹੁਤ ਨਾਜ਼ੁਕ ਸਮੇਂ ਦੇ ਵਿੱਚੋਂ ਗੁਜ਼ਰਦੀ ਨਜ਼ਰ ਆ ਰਹੀ ਹੈ। ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ, ਗੱਲਬਾਤ ਕਰਨ ਵਾਸਤੇ ਬੀਬੀ ਪ੍ਰਸਿੰਨ ਕੌਰ ਮੇਰੇ ਨਾਲ ਹਾਜ਼ਰ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬੀਬੀ ਜੀ ਸਵਾਗਤ ਹੈ ਸਭ ਤੋਂ ਪਹਿਲਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬੀ ਜੀ, ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਵੱਡਾ ਸਵਾਲ ਹੈ, ਜਿਸ ਤਰੀਕੇ ਦੇ ਨਾਲ ਦੇਖਿਆ ਜਾਵੇ ਕਿ ਜਿਹੜੇ ਨੌਜਵਾਨ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਨੇ, ਦੂਜੇ ਪਾਸੇ ਪਰਿਵਾਰਾਂ ਦੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ, ਕਿਵੇਂ ਦੇਖਦੇ ਹੋ ਜੀ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਨੂੰ? ਉਹ ਤਾਂ ਉਹਨਾਂ ਦੀ ਆਤਮਾ ਹੀ ਜਾਣਦੀ ਆ, ਮਾਂ ਬਾਪ ਦੀ। ਹੁਣ ਤੂੰ ਮੈਂ ਤਾਂ ਜਾਣਿਆ ਹੈਗਾ, ਨਰਾ ਮਾਰ ਕੇ ਮੁੜਿਆ ਨੇ, ਉਹਨਾਂ ਦਾ ਹੀ ਢਿੱਡ ਪੁੱਛਿਆ ਜਾਣੀ ਹੈ ਕਿੰਨਾ ਕੁ ਆਪਦੇ ਬੱਚਿਆਂ ਖਾਤਰ ਤੜਫਦਾ। ਠੀਕ ਆ, ਉਦੋਂ ਉਤਰ ਕੇ ਸਰਕਾਰਾਂ ਨੂੰ ਐਂ ਸੋਚਣਾ ਚਾਹੀਦਾ, ਇੰਨੇ ਜੀਵ ਤੜਫਦੇ ਨੇ, ਇਹਨਾਂ ਤੋਂ ਹੀ ਲੈ ਲਓ, ਆਪਣੇ ਬੰਦੀ ਸਿੰਘਾਂ ਤੋਂ ਲੈ ਲਓ, 30-35 ਸਾਲ ਦੇ ਬੈਠੇ ਨੇ,
ਇਹ ਆਇਕਾਂ ਸ਼ਾਂਤੀ ਆ ਵੀ ਸਾਡੇ ਪੰਜਾਬ ਚ ਨੇ ਇਹਨਾਂ ਨੇ ਉਹ ਤਾਂ ਹੋ ਕੀ ਗਿਆ ਸੀ ਜਿਹੜਾ ਡਿਬਰੂਗੜ੍ਹ ਪਹੁੰਚਾਤਾ ਉਹ ਤਾਂ ਚੰਗੇ ਰਾਹ ਪਾਉਂਦਾ ਸੀ ਬੱਚਿਆਂ ਦੇ ਨਸ਼ੇ ਛਡਾਉਂਦਾ ਸੀ ਅੰਮ੍ਰਿਤ ਛਕਾਉਂਦਾ ਸੀ ਕੋਈ ਗਨਾਹ ਤਾਂ ਉਹਦਾ ਦੇਖਿਆ ਨਹੀਂ ਕਿਹੜੇ ਗਨਾਹ 'ਚ ਡਿਬਰੂਗੜ੍ਹ ਪਹੁੰਚਾਇਆ ਕਿਉਂ ਦੇਖਿਆ ਨਹੀਂ ਗਿਆ ਵੀ ਇਹ ਸਿੱਖੀ ਪੈਦਾ ਕਰਨ ਲੱਗ ਗਿਆ ਸਾਡਾ ਨਸ਼ਾ ਵਿਕਣੋ ਹੜ ਜੋ ਜਿਹੜੇ ਨਸ਼ੇ ਤੇ ਲਾਏ ਹੋਏ ਸੀ ਅਸਲੀ ਖੇਪ ਤਾਂ ਸਰਕਾਰਾਂ ਦੀ ਹੈ ਗਾਹਾਂ ਤਾਂ ਵਿਚਾਰੇ ਗਰੀਬ ਜਨਤਾ ਕਹਿੰਦਾ ਮੂਹਰੇ ਲਾਲਚ ਦੇ ਵੇਚਣ ਲਾਏ ਹੋਏ ਨੇ ਅਸਲੀ ਸਰਕਾਰਾਂ ਨੇ ਮੁਰਜਮ ਨਸ਼ੇ ਦੀਆਂ ਉਹ ਗਰੀਬਾਂ ਦੇ ਪੁੱਤ ਕਿਹੜਾ ਘਰੋਂ ਜੰਮਦੇ ਨੇ ਘਰੋਂ ਕੀ ਕਹਿੰਦੇ ਨੇ ਬਣਾ ਬਣਾ ਲਿਜਾਂਦੇ ਨੇ ਜਾਂ ਖਰੀਦ ਸਕਦੇ ਨੇ ਵੀ ਇੰਨਾ ਇੰਨਾ ਕਿਹੜਾ ਸਸਤਾ ਉਹ ਤਾਂ ਰਾਹ ਪਾਉਂਦਾ ਸੀ ਉਹ ਨਸ਼ੇ ਛਡਾਉਂਦਾ ਸੀ ਅੰਮ੍ਰਿਤ ਛਕਾਉਂਦਾ ਸੀ ਕਿਸੇ ਨੂੰ ਮਾੜੀ ਬੱਥ ਤਾਂ ਦਿੱਤੀ ਨਹੀਂ ਕੀ ਡਾਕਾ ਮਾਰਿਆ ਸੀ ਉਹਨੇ ਕਿਸੇ ਦੇ ਜਾਂ ਸਰਕਾਰਾਂ ਦਾ ਕੁਛ ਨੁਕਸਾਨ ਕਰਤਾ ਸੀ ਉੱਥੇ ਵੀ ਜਿਹੜਾ ਇਹਨਾਂ ਨੇ ਪੱਜ ਬਣਾਇਆ ਇੱਕ ਹਊਆ ਬਣਾ ਲਿਆ ਇੱਕ ਤਾਂ ਬੇਕਸੂਰਾ ਚੱਕਿਆ ਉਹਦੀ ਖਾਤਰ ਉਹਨਾਂ ਨੇ ਉੱਥੇ ਢੋਆ ਕੀਤਾ ਅੱਜ ਨਾਲੇ ਜਿਹੜਾ ਗੋਲੀਕਾਂਡ ਬਣਾਇਆ ਇਹਨਾਂ ਨੇ ਉਹ ਆਪਣੇ ਹੀ ਗੁੰਡੇ ਵਾੜ ਕੇ ਉੱਥੇ ਇੱਟਾਂ ਮਰਵਾ ਲਈਆਂ ਆਪਦੇ ਹੀ ਵਾੜ ਕੇ ਕੀ ਕਹਿੰਦੇ ਨੇ ਕਰਕੇ ਉਹਨੂੰ ਜਾਣੀ ਉਹਦੇ 'ਤੇ ਇਲਜ਼ਾਮ ਪਾ ਕੇ ਝੂਠਾ ਇਲਜ਼ਾਮ ਪਾ ਕੇ ਉੱਥੇ ਪਹੁੰਚਾਇਆ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਅਸਾਮ ਡਿਬਰੂਗੜ੍ਹ ਦਾ ਜਿਹੜਾ ਜੇਲ੍ਹ ਪ੍ਰਸ਼ਾਸਨ ਉਹਨਾਂ ਦੇ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਕਿ ਇਹਨਾਂ ਸਿੰਘਾਂ ਦੀ ਹਾਲਤ ਨਾਜ਼ੁਕ ਹੈ ਇਹਨਾਂ ਨੂੰ ਵਾਪਸ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਜਲਦੀ ਦੇ ਨਾਲ ਲਿਜਾਵੇ ਪਰ ਦੂਜੇ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਇਹ ਕਦਮ ਚੱਕਿਆ ਕਿਉਂ ਨਹੀਂ ਜਾ ਰਿਹਾ ਸਾਡੇ ਨਾਲ ਪਹਿਲਾਂ ਤੋਂ ਹੀ ਵਿਤਕਰਾ ਹੋ ਰਿਹਾ ਹੁਣ ਵੀ ਉਹੀ ਕੰਮ ਇਹ ਕੰਮ ਦੇ ਮਾਰਿਆਂ ਨੇ ਤਾਂ ਇਹਨੂੰ ਕਰਿਆ ਸੀ ਕਹਿੰਦਾ ਬੁੜੀ ਮਰ ਗਈ ਕੁੜੀ ਜੰਪੀ ਟੱਬਰ ਐਡੋ ਕੈਡ ਅਸੀਂ ਤਾਂ ਹੋਰਾਂ ਨੂੰ ਬਦਲ ਕੇ ਵੀ ਚੱਲ ਕਿ ਬਦਲ ਕੇ ਦੇਖ ਲੈਂਦੇ ਹਾਂ ਆਪ ਦਾ ਬਣਾਇਆ ਤੀ ਭਗਵੰਤ ਮਾਨ ਹੁਣ ਵੀ ਮੈਂ ਤਾਂ ਪੁੱਤ ਕਹਿ ਕੇ ਕਹਿੰਦੀ ਹਾਂ ਵੀ ਹਜੇ ਵੀ ਸਮਤ ਬਖਸ਼ੇ ਤੈਨੂੰ ਜੇ ਅਕਲ ਹੈ ਤੂੰ ਮਾੜਾ ਮੋਟਾ ਨੌਜਵਾਨਾਂ ਕੰਨੀ ਦੇਖ ਮਗਰ ਉਹਨਾਂ ਦੇ ਸੌ ਜੀ ਬੈਠਾ ਵਰਤ ਰੱਖੀ ਉੱਧਰ ਉਹ ਬੈਠੇ ਨੇ ਵਰਤ ਰੱਖੀ ਜੇ ਕਿਸੇ ਦਾ ਨੁਕਸਾਨ ਹੋ ਗਿਆ ਕੁੱਤਿਆਂ ਕਿੱਥੋਂ ਭਰੇਗਾ ਸਾਨੂੰ ਬੰਦਾ ਕਿੱਥੋਂ ਦਿਆਊ ਬਿਰਧ ਸਰੀਰ ਨੇ ਵਿੱਚ ਬੀਬੀਆਂ ਵੀ ਨੇ ਕਿਸੇ ਦੇ ਦੌਰਾ ਪੈ ਗਿਆ ਕੋਈ ਨੁਕਸਾਨਿਆ ਗਿਆ ਕੌਣ ਜ਼ਿੰਮੇਵਾਰ ਹੈ ਉਹ ਮਹੰਤਵਾਨ ਜ਼ਿੰਮੇਵਾਰ ਹੈ ਜਿਹੜਾ ਸੁਣਦਾ ਨਹੀਂ ਸਾਡੀ ਇੰਨੀ ਵੀ ਬੁੱਕਤ ਨਹੀਂ ਵੀ ਸਾਡੇ ਨੌਜਵਾਨਾਂ ਨੂੰ ਇੱਧਰ ਨਹੀਂ ਲਿਆ ਸਕਦਾ ਤੁਸੀਂ ਜੇ 'ਚ ਰੱਖ ਲਓ ਉੱਥੋਂ ਬਦਲਤਾ ਦੌਰ ਦੇ ਪੰਜਾਬ 'ਚ ਤਾਂ ਲਿਆਓ ਐਡਾ ਕਿੱਡਾ ਕੁ ਗਨਾਹ ਹੋ ਗਿਆ ਜਿਹੜਾ ਤੁਹਾਨੂੰ ਉੱਥੇ ਐਡੀ ਦੂਰ ਜਾਣਾ ਪਿਆ ਅਸੀਂ ਵੀ ਤਾਂ ਬੈਠੇ ਹਾਂ ਸਾਡੀ ਕਿਹੜਾ ਹੁਣ ਤੱਕ ਸੁਣ ਲਈ ਅਸੀਂ ਬੰਦੀ ਸਿੰਘਾਂ ਖਾਤਰ ਬੈਠੇ ਹਾਂ ਸਾਡੀ ਤਾਂ ਵੀਰ ਕੋਈ ਸੁਣਦਾ ਨਹੀਂ ਦੇਖੋ ਸਿੱਖੀ ਦਾ ਜਿੰਨਾ ਘਾਣ ਇਹ ਸਰਕਾਰਾਂ ਨੇ ਕੀਤਾ ਨਹੀਂ ਕਰਨਾ ਕਿਸੇ ਨੇ ਮੁੜ ਤੋਂ ਹੀ ਚੱਲੀ ਆਉਂਦੀ ਆ ਚਾਹੇ ਸੁਖਬੀਰ ਬਾਦਲ ਦੀ ਚਾਹੇ ਕੋਈ ਵੀ ਅੰਮ੍ਰਿਤ ਉਹ ਤੇਰੇ ਕੀ ਕਹਿੰਦੇ ਨੇ ਕੈਪਟਨ ਨੇ ਵੀ ਜ਼ੋਰ ਲਾ ਲਿਆ ਗੁਟਕੇ ਚੱਕ ਸਮਾਓ ਗੁਟਕਿਆਂ ਦੀ ਸਹੁੰ ਖਾਧੀ ਹੋਈ ਮਾਰ ਪਈ ਹੋਈ ਕੀ ਕਹਿੰਦੇ ਨੇ ਫਿਰਦੇ ਨੇ ਲੋਕਾਂ ਦੇ ਖੱਲਾਂ 'ਚ ਵੜਦੇ ਕਦੇ ਕਿਸੇ ਨਾਲ ਰਲ ਗਏ ਕਦੇ ਕਿਸੇ ਨਾਲ ਰਲ ਗਏ ਸਾਨੂੰ ਕੀ ਲੋੜ ਪਈ ਆ ਜੇ ਸਾਡੀ ਸਰਦਾਰੀ ਕਾਇਮ ਹੁੰਦੀ ਜੇ ਅਸੀਂ ਆਪਦੇ ਜੱਤ ਸੱਤ 'ਤੇ ਖੜਦੇ ਆਪਦੇ ਗੁਰੂਆਂ ਦੇ ਉਸ 'ਤੇ ਖੜਦੇ ਅਮਲ 'ਤੇ ਸਾਨੂੰ ਕੀ ਲੋੜ ਪਈ ਤੀ ਕਿਸੇ ਦੇ ਭਾਂਡੇ ਮਾਂਜਣ ਦੀ ਸਾਡੇ ਨੌਜਵਾਨ ਕਿਉਂ ਜ਼ਿੰਦਗੀਆਂ ਗਾਲੀ ਬੈਠੇ ਨੇ ਕਾਹਤੇ 'ਚ ਗਾਲੀ ਬੈਠਾ ਕਿੱਡਾ ਕੁ ਗਨਾਹ ਹੋ ਗਿਆ ਐਦੂ ਪਰੇ ਪਰੇ ਕਿੱਡੇ ਕਿੱਡੇ ਗਨਾਹਾਂ ਦਾ ਗਨਾਹਦਾਰ ਬਾਹਰ ਫਿਰਦੇ ਨੇ ਸਭ ਨੂੰ ਰਹਿਤ ਕਰਤਾ ਇਹਨਾਂ ਤੋਂ ਕਿੱਡਾ ਕੁ ਗਨਾਹ ਹੋ ਗਿਆ ਉਹਨੇ ਕੀ ਗਨਾਹ ਕਰਤਾ ਜਿਹਨੂੰ ਜੇਲ੍ਹ ਪਹੁੰਚਾਤਾ ਹੁਣ ਵੀ ਮੈਂ ਤਾਂ ਕਹਿੰਦੀ ਹਾਂ ਮੈਂ ਹੱਥ ਬੰਨ ਕੇ ਬੇਨਤੀ ਕਰਦੀ ਹਾਂ ਭਗਵੰਤ ਮਾਨ ਦੇ ਮੂਹਰੇ ਵੀ ਜੇ ਕਿਤੇ ਤੇਰੇ ਥਈ ਮੇਰੀ ਆਵਾਜ਼ ਪਹੁੰਚਦੀ ਆ ਪੁੱਤ ਮੇਰੇ ਅੱਜ ਤੂੰ ਆਹ ਨੌਜਵਾਨੀ ਨੂੰ ਸਾਂਭ ਲੈ ਫਿਰ ਤਾਂ ਸਾਡਾ ਤੈਨੂੰ ਸੀਐਮ ਬਣਾਏ ਦਾ ਕੋਈ ਫਾਇਦਾ ਨਹੀਂ ਤਾਂ ਪੁੱਤ ਗਾਹਾਂ ਨੂੰ ਦੇਖ ਲੈ ਕੀ ਬਣੂਗਾ ਹੱਥ ਬੰਨ ਕੇ ਹੀ ਬੇਨਤੀ ਹੈ ਆਹ ਵੀ ਸੁਣ ਲਾ ਸਾਨੂੰ ਸਾਲ ਤੋਂ ਉੱਤੇ ਹੋ ਗਿਆ ਉਰੇ ਬੈਠਿਆਂ ਨੂੰ ਇਹ ਵੀ ਕੋਈ ਸ਼ਰਮ ਖਾ ਲਾ ਸਾਡੇ ਨਾਲ ਸਿੱਧਾ ਹੀ ਆ ਕੇ ਗੱਲ ਕਰ ਲਾ ਕੀ ਮਨਾਉਣਾ ਸਭ ਤੋਂ ਅਸੀਂ ਉਹ ਕਰ ਦਾਂਗੇ ਤੇਰਾ ਤੂੰ ਸਾਨੂੰ ਇੱਥੋਂ ਫਤਿਹ ਪਾ ਸਰਕਾਰ ਦੇ ਕੋਲ ਤਾਂ ਬਹੁਤ ਵੱਡੀਆਂ ਏਜੰਸੀਆਂ ਹੁੰਦੀਆਂ ਹੈ ਰਿਪੋਰਟ ਡੇਲੀ ਦੇ ਰੂਟੀਨ ਦੇ ਵਿੱਚ ਪਲ ਪਲ ਦੀ ਰਿਪੋਰਟ ਪੰਜਾਬ ਦੇ ਮੁੱਖ ਮੰਤਰੀ ਤੱਕ ਜਾਂਦੀ ਹੈ ਹੋਰ
ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਤੱਕ ਪਹੁੰਚਦੀ ਹੈ। ਕੀ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਡਿਬਰੂਗੜ੍ਹ ਵਾਲੇ ਜਾਂ ਵਾਰਸ ਪੰਜਾਬ ਦੇ ਜਥੇਬੰਦੀ ਦੇ ਨਾਲ ਸੰਬੰਧਿਤ ਨੌਜਵਾਨਾਂ ਨੂੰ ਲੈ ਕੇ ਪਰਿਵਾਰਾਂ ਦੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਤਾਂ ਉਸੇ ਭੁੱਖ ਹੜਤਾਲ ਦੇ ਦਰਮਿਆਨ ਲੱਗੇ ਹੋਏ ਮੋਰਚੇ ਦੇ ਵਿੱਚ ਪਰਿਵਾਰਾਂ ਦੀ ਸਥਿਤੀ ਆ ਜਿਹੜੀ ਬੜੀ ਨਾਜ਼ੁਕ ਨਜ਼ਰ ਆਉਂਦੀ ਹੈ ਅਤੇ ਫਿਰ ਸਰਕਾਰ ਨੂੰ ਕੋਈ ਰਿਪੋਰਟ ਦੇਣ ਵਾਲਾ ਨਜ਼ਰ ਨਹੀਂ ਆਉਂਦਾ ਜਾਂ ਸਰਕਾਰ ਦੇ ਕੋਲ ਰਿਪੋਰਟ ਹੋਣ ਦੇ ਬਾਵਜੂਦ ਵੀ ਫਿਰ ਸਰਕਾਰ ਕੋਈ ਕਾਰਵਾਈ ਕਰਨ ਵਾਸਤੇ ਤਿਆਰ ਕਿਉਂ ਨਹੀਂ ਆ। ਦੇਖੋ ਇਹਨਾਂ ਕੋਲ ਸਾਡੀ ਸਾਹ ਕੱਢੇ ਦੀ ਵੀ ਰਿਪੋਰਟ ਨਹੀਂ ਆਉਂਦੀ ਹੈ, ਕਿਹੜੀ ਰਿਪੋਰਟ ਨਹੀਂ ਜਾਂਦੀ ਉਹਨਾਂ ਨੂੰ, ਮਜਬੂਰੀ ਪਤਾ ਨਹੀਂ ਕਿਹੜੀ ਗੱਲ ਦੀ ਆ, ਖਾਲੀ ਤਾਂ ਭਾਜਪਾ ਦੇ ਹੀ ਜਾਂ ਜਾ ਕੇ ਜਿਹੜੀ ਬਹਿ ਗਿਆ ਉਹਦੀ ਮੰਨਦਾ, ਉਹਦਾ ਹੀ ਗੱਲ ਨੂੰ ਹੱਥ ਪਾਇਆ ਹੋਇਆ। ਇੱਧਰ ਤਾਂ ਅਸਤੀਫਾ ਦੇ ਕੇ ਆ ਜਾਵੇ ਸਾਡੇ ਤੋਂ ਬੈਠੇ ਸਾਡੇ ਕੋਲ, ਫਿਰ ਪੁੱਛੀਏ ਦੇਖੀਏ ਕਿਹੜੀ ਕੀ ਕਹਿੰਦੇ ਨੇ ਬਣਦੀ ਆ। ਮੈਂ ਸਿੱਧਾ ਹੀ ਮੁੱਖ ਮੰਤਰੀ ਬਣੂੰਗਾ ਜੇ ਇੱਕ ਵਾਰੀ ਦੇਖ ਲਵੇ, ਉਹ ਤੇਰੀ ਇੰਨਾ ਵੀ ਜ਼ੋਰ ਨਹੀਂ ਪੁੱਗਦਾ, ਤੂੰ ਇੰਨਾ ਵੀ ਨਹੀਂ ਆਪਦੇ ਪੰਜਾਬ ਦੇ ਵਿੱਚ ਕਰ ਸਕਦਾ ਆਪਦੇ ਭਾਈਚਾਰੇ ਦਾ, ਹੋਰ ਤੂੰ ਕੀ ਕਰੇਂਗਾ ਸਹੁਰਿਆ। ਇੰਨਾ ਵੀ ਉਹਨਾਂ ਦੇ ਜੜਾਂ 'ਚ ਨਾ ਬੈਠ ਜਿੱਥੇ ਤੇਰਾ ਹੱਥ ਨਾ ਉੱਪੜੇ ਉੱਠ ਨਾ ਸਕੇ, ਆਪਦੇ ਖਾਨੇ ਨੂੰ ਹੱਥ ਮਾਰ। ਤੂੰ ਬਹੁਤ ਕਲਾਕਾਰ ਹੈ, ਬਹੁਤ ਸਿਆਣਾ, ਤੇਰੀਆਂ ਰੋਜ਼ ਸਪੀਚਾਂ ਸੁਣਦੇ ਹਾਂ, ਪਰ ਸਾਡੀ ਇੱਕ ਸੁਣ ਲੈ। ਆਹ ਸਾਡਾ ਨੇੜਦੇ ਦੇਖ ਡਿਬਰੂਗੜ੍ਹ ਤੋਂ ਉਹਨਾਂ ਨੂੰ ਇੱਥੇ ਪੰਜਾਬ 'ਚ ਲੈ ਆ, ਆਹ ਸਾਨੂੰ ਇੱਥੋਂ ਫਤਿਹ ਦਵਾ ਦੇ। ਦੇਖੋ ਹੁਣ ਤਾਂ ਸਭ ਕੁਛ ਹੋਇਆ ਹੋਇਆ, ਠੀਕ ਹੈ, ਕੋਈ ਉਹਦਾ ਉਹਨਾਂ 'ਤੇ ਐਡਾ ਗੁਨਾਹ ਨਹੀਂ ਵੀ ਜਿਹੜਾ ਤੂੰ ਜ਼ਿੰਦਗੀ ਉਹਨਾਂ ਦੀ, ਉਹਨਾਂ ਨੇ ਤਾਂ ਰੋਲੀਆ, ਤੂੰ ਤਾਂ ਇੰਨੇ ਕੁ ਕੱਖ ਰੱਖਦੇ, ਸਾਡਾ ਬੈਠਿਆਂ ਦੀ ਉਹ ਸ਼ਰਮ ਖਾ ਲਾ, ਤੇਰੇ ਮੂਹਰੇ ਮਿੰਨਤਦਾਰੀ ਉਹ ਕਰਦੇ ਹਾਂ ਜੇ ਕਿਤੇ ਸੁਣਦਾ ਗਿਣਦਾ, ਨਹੀਂ ਦੇਖ ਲੈ ਪੱਤਰਕਾਰਾਂ ਨੂੰ ਕੀ ਬਣੂੰਗਾ। ਜਦੋਂ ਬੰਦੀ ਸਿੰਘਾਂ ਦੀ ਗੱਲ ਚੱਲਦੀ ਹੈ ਜਾਂ ਜਿਹੜੇ ਵਾਰਸ ਪੰਜਾਬ ਦੇ ਜਥੇਬੰਦੀ ਦੇ ਨਾਲ ਸੰਬੰਧਿਤ ਹੁਣ ਨੌਜਵਾਨਾਂ ਦੀ ਗੱਲ ਚੱਲ ਰਹੀ ਹੈ ਤਾਂ ਇਸੇ ਨੂੰ ਲੈ ਕੇ ਕਿਤੇ ਨਾ ਕਿਤੇ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਪੰਜਾਬ ਦਾ ਮਾਹੌਲ ਆ ਜਿਹੜਾ ਖਰਾਬ ਹੋ ਸਕਦਾ ਹੈ। ਤੁਹਾਨੂੰ ਲੱਗਦਾ ਕਿ ਪੰਜਾਬ ਦਾ ਇਸ ਤਰ੍ਹਾਂ ਦਾ ਕੋਈ ਮਾਹੌਲ ਆ, ਜਿਹੜੇ ਪਹਿਲੇ ਬੰਦੀ ਸਿੰਘ ਬਾਹਰ ਆਏ ਨੇ ਜਾਂ ਜਿਹੜੇ ਨੌਜਵਾਨ ਆ ਪੰਜਾਬ ਦੇ ਵਿੱਚ ਵਿਚਰਦੇ ਰਹੇ ਨੇ, ਉਹਦੇ ਨਾਲ ਕੁਝ ਮਾਹੌਲ ਨੂੰ ਫਰਕ ਪਿਆ? ਕੋਈ ਮਾਹੌਲ ਨੂੰ ਫਰਕ ਨਹੀਂ ਪਿਆ, ਕਿਤੇ ਅੱਖ 'ਚ ਪਾਏ ਵੀ ਨਹੀਂ ਰੜ ਕੇ ਵੀ ਆ ਫਲਾਣੇ ਥਾਵੇਂ ਭਾਈ ਉਹ ਸੁੱਟ ਕੇ ਆਇਆ ਤੇ ਉਹਨੇ ਆਹ ਕਰਾ ਕਰਤਾ, ਨਾ ਗਾਹਾਂ ਦੇ ਕਰਨ। ਇਹ ਤਾਂ ਜਿਹੜਾ ਰੱਬ ਨੇ ਕੁਦਰਤ ਵੱਲੋਂ ਜਿਹੜਾ ਕਰਾਉਣਾ ਹੁੰਦਾ ਉਹ ਕਰਾ ਦਿੰਦਾ, ਪਰ ਇਹੋ ਜਿਹੀ ਸੁਣੀ ਨਹੀਂ ਹੈਗੀ ਵੀ ਸਾਡੇ ਨੌਜਵਾਨ ਜੇਲ੍ਹ 'ਚੋਂ ਸੁੱਟ ਕੇ ਆ ਕੇ ਵੀ ਆਹ ਕਰਾ ਕਰਤਾ ਦੁਬਾਰਾ ਫਿਰ ਚੱਲਿਆ ਗਿਆ। ਅੱਜ ਤੱਕ ਤਾਂ ਹੋਈ ਨਹੀਂ, ਕੋਈ ਜੂਮ ਲਾ ਕੇ ਥੱਪ ਕੇ ਤੋਰ ਦੇਵੇ ਤਾਂ ਕਹਿ ਨਹੀਂ ਸਕਦੇ ਕਿ ਉਹਨਾਂ ਦਾ ਰਾਜ ਹੈ, ਉਹ ਤਾਂ ਆਇਆ ਹੋਇਆ ਨੂੰ ਵੀ ਉੱਪਰ ਹੀ ਲਾ ਸਕਦੇ ਨੇ। ਸਾਡਾ ਇੰਨਾ ਜ਼ੋਰ ਨਹੀਂ ਚੱਲਦਾ, ਮਸਾਂ ਧਰ ਬਣਾਈ ਤੀ ਜ਼ੋਰ ਚੱਲਣ ਨੂੰ ਵੀ ਸਾਡੀ ਸੁਣੂ ਕੋਈ, ਸਾਡੇ ਮੂਹਰੇ ਸਾਡੇ ਥਾਵੇਂ ਅੜੂ, ਸਾਡਾ ਕੋਈ ਕੇਅਰ ਕਰੂਗਾ, ਸਾਡੇ ਨੌਜਵਾਨਾਂ ਨੂੰ ਬਚਾਊਗਾ, ਪਰ ਇਹਨੇ ਤਾਂ ਨੌਜਵਾਨੀ ਕਿੰਨੀ ਔਖਾ ਹੀ ਨਹੀਂ ਚੱਲੀਆਂ, ਸਹੁਰਿਆਂ ਗਾਹਾਂ ਬਾਂਸ ਕਿਵੇਂ ਚੱਲੂਗਾ, ਆਪਣੇ ਤਾਂ ਅੱਗੇ ਹੀ ਘਾਟਾ ਬਹੁਤ ਪਾਇਆ ਹੋਇਆ, ਬੇਅੰਤੇ ਬੁੱਚੜਦਾ ਹੀ ਬਥੇਰਾ ਪਾਇਆ ਹੋਇਆ, ਉਹੀ ਨਹੀਂ ਰਲਣਾ ਜ਼ਿੰਦਗੀ 'ਚ, ਤੂੰ ਤਾਂ ਸੋਚ ਲੈ। ਮੈਸੇਜ ਕੀ ਹੈ ਤੁਹਾਡੇ ਵੱਲੋਂ? ਮੈਂ ਤਾਂ ਇਹੀ ਹੱਥ ਮੰਨਦੀ ਹਾਂ, ਵਾਰੀ ਵਾਰੀ ਹੱਥ ਮੰਨਦੀ ਹਾਂ, ਜਿੱਥੇ ਮਰਜ਼ੀ ਕਹਾ ਲੈ, ਮੈਸੇਜ ਇਹੀ ਹੈ। ਦੇਖੋ ਭੈਣ ਭਾਈਆਂ ਦੇ ਮੂਹਰੇ ਵੀ ਇਹੀ ਆ, ਹੱਥ ਜੋੜ ਕੇ ਬੇਨਤੀ ਹੈ ਵੀ ਭਾਈ ਜਿੱਥੇ ਵੀ ਆਪਣਾ ਧਰਨਾ ਦੇਖੋ, ਸਭ ਤੋਂ ਪਹਿਲਾਂ ਆਹ ਲੱਗਿਆ ਸੀ, ਅਸਲ ਵਿੱਚ ਜੇ ਇਹਨੂੰ ਇਹ ਕਾਮਯਾਬ ਕਰ ਲੈਂਦੇ ਸਾਡੀਆਂ ਸਾਰੀਆਂ ਮੰਗਾਂ ਪੂਰੀਆਂ ਹੋ ਜਾਂਦੀਆਂ। ਚਲੋ ਸਭ ਦੀ ਆਪੋ ਆਪਦੀ ਸਮਝ ਆ, ਜੱਟਾਂ ਨੂੰ ਉਹ ਚੰਗਾ ਲੱਗਿਆ ਜੱਟਾਂ ਨੇ ਲਾ ਲਿਆ, ਇਹਨਾਂ ਨੂੰ ਕੁਦਰਤ ਵੱਲੋਂ ਉੱਥੋਂ ਜਵਾਬ ਮਿਲਿਆ ਹਰਖ 'ਚ ਆਇਆ ਨੇ, ਇਹਨਾਂ ਨੇ ਉੱਥੇ ਧਰਨਾ ਲਾ ਲਿਆ, ਸਾਡੇ ਕੋਲ ਹੀ ਬਹਿ ਜਾਂਦੇ, ਇੱਥੇ ਹੀ ਇਕੱਠ ਕਰ ਲਓ ਇੱਕ ਥਾਂ ਮੇ, ਕਾਹਨੂੰ ਥਾਂ ਥਾਂ ਬਹਿਣੇ ਹੋ, ਇੱਥੇ ਹੀ ਇਕੱਠ ਕਰ ਲੈਂਦੇ। ਹੁਣ ਹੱਥ ਬੰਨ ਕੇ ਬੇਨਤੀ ਹੈ, ਦੇਖੋ ਵੀਰ ਇੱਕ ਮੋਰਚਾ ਜਿੱਤ ਲਓ ਫਿਰ ਆਪਾਂ ਦੂਏ ਨੂੰ ਜਿੱਤ ਲਾਂਗੇ, ਆਪਣੇ ਆਹ ਬੰਦੀ ਸਿੰਘ ਬਾਹਰ ਆ ਜਾਣ, ਉਹ ਅੰਮ੍ਰਿਤਪਾਲ ਆਪਣੇ ਪੰਜਾਬ 'ਚ ਆਵੇ, ਉਸ ਆਪਾਂ ਸਾਹ ਲੈਂਦੇ ਹੋ ਜਾਵਾਂਗੇ, ਨਹੀਂ ਐਂ ਖਿੜ ਕੇ ਤਾਂ ਕੁਛ ਨਹੀਂ ਬਣਦਾ, ਵੱਧ ਤੋਂ ਵੱਧ ਇੱਥੇ ਪਹੁੰਚੋ। ਬੀਬੀਆਂ ਭੈਣਾਂ ਨੂੰ ਵੀ ਹੱਥ ਬੰਨਦੀਆਂ ਵੀ ਘਰਾਂ 'ਚ ਬਹਿ ਕੇ ਜ਼ਿੰਦਗੀ ਗੁਜ਼ਾਰਨੀ ਹੈ, ਘਰਾਂ 'ਚ ਹੀ ਬੈਠਣਾ, ਹੱਥ ਨੂੰ ਘਰੇ ਹੀ ਜਾ ਰਹਿਣਾ, ਇੱਥੇ ਦਿੰਦੇ ਨੇ ਆ ਜਾਓ, ਗੇੜਾ ਤਾਂ ਮਾਰੋ, ਆਓ ਤਾਂ ਸਹੀ, ਹਾਜ਼ਰੀਏ ਲਾ ਜਾਓ, ਹੱਥ ਬੰਨ ਕੇ ਬੇਨਤੀ ਹੈ ਇੱਥੇ ਜ਼ਰੂਰ ਪਹੁੰਚੋ। ਬਿਲਕੁਲ, ਪੰਜਾਬ ਦੇ ਵਿੱਚ ਮੌਜੂਦਾ ਸਥਿਤੀ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਜਿੱਥੇ ਬੰਦੀ ਸਿੰਘਾਂ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਉੱਥੇ ਜਿਹੜੇ ਨੌਜਵਾਨ ਤਕਰੀਬਨ ਇੱਕ ਸਾਲ ਦੇ ਵਕਫੇ ਦੇ ਦਰਮਿਆਨ ਬੰਦੀ ਸਿੰਘ ਦੇ ਰੂਪ ਦੇ ਵਿੱਚ ਡਿਬਰੂਗੜ੍ਹ ਦੇ ਸਮੇਤ
पंजाब होरना तमाम सारिया जेलों के नज़रबंद ने उन्हां दी रिहाई नूं लैके ते उन्हां दी जेल शिफ्टिंग नूं लैके भी एक खास अपील पंजाब दे मानयोग मुख्यमंत्री भगवंत सिंह मान नूं कीती गई है। और आने वाले समय दे विच देखना होवेगा जिस तरीके दे नाल मौजूदा समय दे विच जिहड़े पीड़ित परिवार जां जिहड़ियां सिख संगतां संघर्ष करदियां नज़र आउंदियां ने उन्हां दी स्थिति नूं लैके भी सरकार दे वल्लों किस तरीके दा प्रशासन दे वल्लों किस तरीके दा फैसला लिया जा सकता है। अगे भी गलबात लैके हाज़र होवांगे। धन्यवाद।